ਬਹੁਤ ਵਧੀਆ ਲੱਗਿਆ ਜੀ, ਸਪੈਸ਼ਲ ਆਏ ਹਾਂ ਅਸੀਂ ਇੰਨੀ ਦੂਰੋਂ ਉਰੇ ਆ ਕੇ। ਇਹਨੇ ਅਮਨ ਨੇ ਦੱਸਿਆ ਸੀਗਾ ਸਾਨੂੰ ਤੁਹਾਡੀ ਦੁਕਾਨ ਬਾਰੇ, ਉਹਨਾਂ ਕਿ ਮੇਰੇ ਕੋਲ ਤਿੰਨ ਤਿੰਨ ਪੀੜ੍ਹੀਆਂ ਆਇਆ ਕਰਨਗੀਆਂ। ਠੀਕ ਹੈ, ਜੈ ਮਾਤਾ ਦੀ ਦੋਸਤੋ, ਪਾਰਸ ਵਰਮਾ ਪਿੰਡ ਸਹੋਲੀ ਪਾਸੋਂ ਦੇ ਕੋਲੋਂ, ਔਰ ਮਨਿੰਦਰ ਸਿੰਘ ਔਰ ਆਪਣੇ ਮਾਡਲ ਟੋਨ ਤੋਂ ਅਮਨ ਕੁਮਾਰ ਮਿੰਟੂ ਦਾ ਲੜਕਾ, ਬਹੁਤ ਹੀ ਖਾਸ ਮਿੰਟੂ ਮੇਰਾ, ਬਹੁਤ 20 ਸਾਲ ਤੋਂ ਜਾਣ ਪਹਿਚਾਣ ਉਹਨਾਂ ਦਾ ਬੇਟਾ, ਇਹ ਵੀ ਮੇਰੇ ਕੋਲ ਆਉਣ ਲੱਗ ਗਏ। ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਮੇਰੇ ਕੋਲ ਤਿੰਨ ਤਿੰਨ ਪੀੜ੍ਹੀਆਂ ਆਇਆ ਕਰਨਗੀਆਂ। ਠੀਕ ਹੈ, ਪਹਿਲਾਂ ਉਹਨਾਂ ਦੇ ਮਿੰਟੂ ਦੇ ਫਾਦਰ, ਫਿਰ ਮਿੰਟੂ, ਫਿਰ ਮਿੰਟੂ ਦਾ ਬੇਟਾ, ਫਿਰ ਇਸ ਤੋਂ ਅੱਗੇ ਇਹਦਾ ਵੀ ਬੇਟਾ ਮੇਰੇ ਕੋਲ ਆਏਗਾ। ਠੀਕ ਹੈ ਨਾ, ਇੱਦਾਂ ਦਾ ਬਿਜ਼ਨਸ ਹੋਣਾ ਚਾਹੀਦਾ। ਬਾਕੀ ਗੱਲ ਕਰਾਂਗੇ, ਆਈਫੋਨ 12 ਇਹਨਾਂ ਨੇ ਮੈਨੂੰ ਕਟਵਾਇਆ, ਪਾਰਸ ਨੇ ਸੋਹਲੀ ਤੋਂ ਆ ਕੇ, ਇਹਨਾਂ ਨੇ ਲਿਆ ਮੇਰੇ ਕੋਲੋਂ ਨੋਟ ਸੀ ਈ ਫੋਰ 1+ ਦਾ ਫੋਨ। ਇਹਦੀ ਕਰਾਂਗੇ ਆਪਾਂ ਅਨਬੋਕਸਿੰਗ, ਕਰੋ ਬੇਟਾ ਅਨਬੋਕਸਿੰਗ, ਨਾਲ ਨਾਲ ਦੱਸੋ ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗਿਆ। ਬਹੁਤ ਵਧੀਆ ਲੱਗਿਆ ਜੀ, ਸਪੈਸ਼ਲ ਆਏ ਹਾਂ ਅਸੀਂ ਇੰਨੀ ਦੂਰੋਂ ਉਰੇ ਆ ਕੇ। ਇਹਨੇ ਅਮਨ ਨੇ ਦੱਸਿਆ ਸੀਗਾ ਸਾਨੂੰ ਤੁਹਾਡੀ ਦੁਕਾਨ ਬਾਰੇ, ਇੰਸਟਾਗ੍ਰਾਮ 'ਤੇ ਵੀ ਦੇਖਿਆ ਸੀਗਾ ਅਸੀਂ। ਅੱਛਾ, ਹਾਂ, ਉੱਥੋਂ ਸਾਨੂੰ ਥੋੜੀ ਡੀਲਿੰਗ ਵਧੀਆ ਲੱਗੀ ਸੀ, ਸਪੈਸ਼ਲ ਆਏ ਹਾਂ ਉਰੇ। ਕਿਆ ਬਾਤ ਹੈ, ਹਾਂ ਹਾਂਜੀ, ਤੁਸੀਂ ਦੱਸੋ ਮਨਿੰਦਰ ਜੀ। ਸਰ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਇੱਥੇ ਆ ਕੇ। ਮਤਲਬ ਕੋਈ ਦਿੱਕਤ ਪਰੇਸ਼ਾਨੀ? ਕੋਈ ਦਿੱਕਤ ਪਰੇਸ਼ਾਨੀ? ਰੋਡ ਤਾਂ ਨਹੀਂ ਖਰਾਬ ਸੀ? ਨਾ ਨਾ ਸਰ, ਬਿਲਕੁਲ ਵਧੀਆ। ਅੱਛਾ, ਹਾਂਜੀ ਬੇਟਾ ਜੀ, ਤੁਸੀਂ ਤਾਂ ਬਹੁਤ ਜ਼ਿਆਦਾ ਫੋਨ ਲੈ ਕੇ ਗਏ ਹੋ, ਲੈਪਟੋਪ ਵੀ ਲੈ ਕੇ ਗਏ ਨੇ, ਜੋ ਵੀ ਕੋਈ ਇਲੈਕਟ੍ਰੋਨਿਕ ਦੀ ਆਈਟਮ ਹੁੰਦੀ ਆ। ਇਹ ਬੇਟਾ ਇੱਦਾਂ ਦਾ ਵਾ, ਇਹ ਬਹੁਤ ਪਿਆਰ ਕਰਦਾ ਮੈਨੂੰ ਅੰਕਲ ਨਾਲ, ਇਹ ਬਹੁਤ ਕਸਟਮਰ ਇੱਥੇ ਹੀ ਲੈ ਕੇ ਆਉਂਦਾ। ਮਤਲਬ ਇਹਦੀ ਜ਼ਿੰਮੇਵਾਰੀ ਆ ਕਿ ਮਾਡਲ ਟੋਨ ਜਾਂ ਏਰੀਆ ਦਾ ਕੋਈ ਵੀ ਕਸਟਮਰ ਹੋਵੇ, ਵਧੀਆ ਲੱਗਦਾ। ਹੁਣ ਪਾਪਾ ਆਉਂਦੇ ਜਾਂਦੇ ਰਹਿੰਦੇ ਨੇ, ਤਾਂ ਫਿਰ ਉਹ ਵੀ ਸਾਨੂੰ ਪ੍ਰੈਫਰ ਕਰਦੇ ਨੇ ਵੀ ਉਰੇ ਹੀ ਆਓ, ਘਰ ਦੀ ਹੋਈ ਦੁਕਾਨ ਆ, ਤਾਂ ਕਰਕੇ ਫਿਰ ਉਰੇ ਹੀ ਆਉਣਾ। ਥੈਂਕ ਯੂ। ਆਹ ਦਿਖਾਓ ਜੀ ਸਾਰਿਆਂ ਨੂੰ, ਦੇਖੋ ਜੀ, ਇਹ ਹੈਗਾ ਜੀ ਨੋਡ E4, ਹੈ ਨਾ, CE4। ਓਕੇ, ਕਿਵੇਂ ਲੱਗਿਆ ਬੇਟਾ? ਬਹੁਤ ਵਧੀਆ ਲੱਗਿਆ ਜੀ। ਚਲੋ, ਜੈ ਮਾਤਾ ਦੀ ਜੀ, ਜੈ ਮਾਤਾ।